ਹੁਣ ਨਹੀਂ ਆਇਆ ਨਾਲ ਕੈਂਡਾ ਸੀਏ ਹੁਣ ਬੁਲਾ ਦੋ ਤੁਵਾਲੀ ਕਿਸ ਤਰੀਕੇ ਦੇ ਨਾਲ ਮਨਾਦੇ ਮੇਰੇ ਖਿਆਲ ਚ ਬਾਕੀ ਜਿਹੜੇ ਆਮ ਲੋਕ ਉਹਨਾਂ ਨਾਲੋਂ ਜ਼ਿਆਦਾ ਵਧੀਆ ਮਨਾ ਰਹੇ ਆ ਸੀ ਹਨਾ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਇਹਨਾਂ ਦੇ ਚਿਹਰਿਆਂ ਤੇ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਖੁਸ਼ੀ ਲਿਆ ਸਕਾਂ ਇਹਨਾਂ ਦੇ ਮਨ ਦੇ ਬਲਬਲੇ ਆ ਜਿਹੜੇ ਪਾ ਮੰਨ ਲਓ ਦੇਖੋ ਅਸੀਂ ਡੈਕੋਰੇਸ਼ਨ ਵੀ ਪੂਰੀ ਕੀਤੀ ਆ ਦੀਵੇ ਰੰਗੋਲੀ ਅਤਿਸ਼ਵਾਜੀ ਬਾਹਰ ਲਾਈਟਸ ਮਤਲਬ ਖਾਣਾ ਪੀਣਾ ਫਰੂਟ ਮਠਾਈ ਹਰ ਪੱਖੋਂ ਜਿਹੜਾ ਤਾਂ ਮਤਲਬ ਚੈਨਲ ਉਹਦੇ ਥਰੂ ਕਹਿਣਾ ਚਾਹੂੰਗੀ ਅੱਜ ਦੇ ਇਨਸਾਨ ਜਿਹੜੇ ਰੇਸ ਚ ਆਪਾਂ ਲੱਗੇ ਹੋਏ ਆ ਉਹਦੇ ਚ ਨਾ ਸਬਰ ਸੰਤੋਖ ਨਹੀਂ ਹੈਗਾ ਦੁਨੀਆ ਨੂੰ ਰਾਈਟ ਮਤਲਬ ਇਹ ਰੰਦਾ ਆ ਚੀਜ਼ ਮਿਲ ਗਈ ਹਾਇਆ ਨਹੀਂ ਮਿਲੀ ਜਾਂ ਕਿਸੇ ਦੇ ਕੰਪੈਰੀਸ਼ਨ ਆ ਨਹੀਂ ਹੋਇਆ ਇਹਨਾਂ ਲੋਕਾਂ 'ਚ ਜੋ ਤੁਸੀਂ ਮਿਲਦੇ ਹੋ ਤੁਹਾਨੂੰ ਲੱਗਦਾ ਠਹਿਰਾਅ ਕੀ ਹੁੰਦਾ ਸਕੂਨ ਕੀ ਹੁੰਦਾ ਰਾਈਟ ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਸ਼ਾਲੀ ਸ਼ਰਮਾ ਅੱਜ ਦੀਵਾਲੀ ਦੇ ਮੌਕੇ ਦੇ ਉੱਤੇ ਅਸੀਂ ਮਾਮਾ ਦੇ ਆਸ਼ਰਮ ਆਏ ਹਾਂ ਇੱਥੇ ਕਿਸ ਤਰੀਕੇ ਦੇ ਨਾਲ ਦੀਵਾਲੀ ਮਨਾਈ ਜਾ ਰਹੀ ਹੈ ਉਹ ਦੇਖਣ ਆਏ ਹਾਂ ਮਿਲਾ ਦਿੰਦੇ ਆ ਤੁਹਾਨੂੰ ਇੱਥੇ ਦੇ ਜਿਹੜੇ ਇਸ ਜਿਹੜੇ ਮਾਮਾ ਦੇ ਆਸ਼ਰਮ ਨੂੰ ਚਲਾ ਰਹੇ ਨੇ ਡਾਕਟਰ ਰਣਦੀਪ ਸਿੱਧੂ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਜੀ ਸੇਤਾ ਕਿਵੇਂ ਨੇ ਬਿਲਕੁਲ ਠੀਕ ਠੀਕ ਹੀ ਹੋਣੀ ਚਾਹੀਦੀਆਂ ਕਿਉਂਕਿ ਤੁਹਾਡੀਆਂ ਠੀਕ ਹੋਣਗੀਆਂ ਤਾਂ ਇਹਨਾਂ ਦੀਆਂ ਠੀਕ ਹੋਣਗੀਆਂ ਜੀ ਬਿਲਕੁਲ ਇਹਨਾਂ ਦੀਆਂ ਦੁਆਵਾਂ ਕਰਕੇ ਠੀਕ ਆ ਤੁਹਾਨੂੰ ਦੱਸੋ ਆਸ਼ਰਮ ਜਿਹੜਾ ਤੁਸੀਂ ਬਣਾਇਆ ਕੀ ਕਦੋਂ ਕਿਸ ਕਿੱਦਾਂ ਸ਼ੁਰੂਆਤ ਹੋਈ ਇਸ ਚੀਜ਼ ਦੀ ਰਜੇ ਇਹ ਵੀ ਕਹਿ ਲੋ ਵੀ ਵਾਹਿਗੁਰੂ ਦੀ ਕਿਰਪਾ ਹੈ ਕਿਉਂਕਿ ਆਪਾਂ ਇਹ ਸੋਚਦੇ ਹਾਂ ਵੀ ਉਹਦੀ ਰਜ਼ਾ ਤੋਂ ਬਿਨਾਂ ਕੁਝ ਨਹੀਂ ਹੁੰਦਾ ਹਨ ਦਰੋਂ ਪਤਾ ਨਹੀਂ ਉਹਦੀ ਰਜ਼ਾ ਤੋਂ ਬਿਨਾਂ ਝੁੱਲਦਾ ਤੇ ਮੈਂ ਕੋਣੋ ਸੋਚਣ ਵਾਲੇ ਤਾਂ ਇਹ ਸੋਚ ਆ ਜਿਹੜੀ ਕਹਿ ਲੋ ਵੀ ਬਚਪਨ ਤੋਂ ਸੀ ਦਿਮਾਗ ਦੇ ਵਿੱਚ ਵੀ ਇਨਸਾਨ ਬਣਾ ਕੇ ਭੇਜਿਆ ਪਰ ਮਾਤਮਾ ਨੇ ਕੁਝ ਅੱਛਾ ਜ਼ਰੂਰ ਕਰਨਾ ਤੇ ਨਾਲ-ਨਾਲ ਚੱਲਦਾ ਰਿਹਾ ਥੋੜਾ ਬਹੁਤਾ ਜੰਨ ਜੰਨ ਜਦੋਂ ਪਰਿਵਾਰਕ ਜ਼ਿੰਮੇਵਾਰੀਆਂ ਹੁੰਦੀਆਂ ਪਰ ਇਹ ਜ਼ਰੂਰ ਸੀ ਤਮੰਨਾ ਵੀ ਜਦੋਂ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਫ੍ਰੀ ਹੋ ਜਾਊਂਗੀ ਤੇ ਉਦੋਂ ਇਹ ਜਿਹੜਾ ਇਨਸਾਨ ਮਤਲਬ ਕੁਝ ਕਰਾਂ ਤਾਂ ਕਿ ਮੈਨੂੰ ਜਾਨ ਵੇਲੇ ਇਹ ਨਾ ਹੋਵੇ ਵੀ ਪਰਮਾਤਮਾ ਤੋਂ ਮੈਨੂੰ ਕੁਝ ਕਰਨ ਲਈ ਭੇਜਿਆ ਸੀ ਪਰ ਮੈਂ ਕਰ ਨਹੀਂ ਸਕੀ ਰਾਈਟ ਤਾਂ ਕਹਿ ਲਵਾਂ ਵੀ ਉਹਦੀ ਮਿਹਰ ਐ ਇਸ ਪੱਖ ਤੋਂ ਤਾਂ ਇਹ ਚੀਜ਼ ਜਿਹੜੀ ਹੈਗੀ ਆ ਪਿਛਲੇ ਚਾ 4.5 ਸਾਲ ਤੋਂ ਮੈਂ ਇਹਨੂੰ ਮਤਲਬ ਪ੍ਰੋਪਰਲੀ ਪ੍ਰੈਕਟੀਕਲੀ ਰੂਪ ਦੇ ਵਿੱਚ ਲਿਆ ਮਤਲਬ ਇਹਨੂੰ ਜਗ੍ਹਾ ਨੂੰ ਖਰੀਦਿਆ ਬਿਲਡਿੰਗ ਬਣਾਈ ਫਿਰ ਇੱਕ ਇੱਕ ਕਰਕੇ سلسلہ ਸ਼ੁਰੂ ਹੋਇਆ ਦੇਖ ਅੱਜ ਦੇ ਸਮੇਂ ਦੇ ਵਿੱਚ ਆਪਦੇ ਮਾਪਿਆਂ ਨੂੰ ਸੰਭਣਾ ਹੀ ਬਹੁਤ ਵੱਡੀ ਗੱਲ ਐ ਆਪਾਂ ਉਹਦੇ ਚ ਹੀ ਖੁਸ਼ ਹੋ ਜੰਨੇ ਆ ਤੁਸੀਂ ਲੋਕਾਂ ਦੇ ਮਾਪੇ ਮਾਵਾਂ ਨੂੰ ਵੀ ਸੰਭਦੇ ਪਈਓ ਅ ਖੁਸ਼ੀ ਤਾਂ ਹੁੰਦੀ ਹੋਣੀ ਐ ਪੋਜ਼ਿਟਿਵਿਟੀ ਸਵਾਦ ਟੌਰ ਸਭ ਕੁਝ ਵੱਖਰਾ ਹੈ ਕੀ ਕਹਿਣਾ ਚਾਹਾਂ ਦੇਖੋ ਇਹ ਜਿਹੜਾ ਆਨੰਦ ਹੈ ਨਾ ਇੱਕ ਵੱਖਰਾ ਹੀ ਹੈਗਾ ਪਹਿਲੀ ਗੱਲ ਤੇ ਇਹ ਆ ਵੀ ਮੈਂ ਕਿਸੇ ਦੇ ਮਾਂ ਬਾਪ ਨੂੰ ਨਹੀਂ ਸੰਭਾਲ ਰਹੀ ਇਹ ਮੇਰਾ ਆਪਣਾ ਪਰਿਵਾਰ ਹੈ ਇਹਨਾਂ ਨੂੰ ਮੇਰੀ ਜ਼ਰੂਰਤ ਹੈ ਔਰ ਮੈਨੂੰ ਵੀ ਇਹਨਾਂ ਦੀ ਜ਼ਰੂਰਤ ਹੈ ਰਾਈਟ ਸ਼ੁਕਰ ਹੈ ਵਾਹਿਗੁਰੂ ਦਾ ਵੀ ਉਹਨੇ ਇਹ ਡਿਊਟੀ ਮੇਰੇ ਹਿੱਸੇ ਲਈ ਹੈ ਇਹ ਸੇਵਾ ਲਈ ਹੈ ਕਿਸੇ ਹੋਰ ਪਾਸੇ ਨਹੀਂ ਉਹਨੇ ਮੈਨੂੰ ਲਾਇਆ ਔਰ ਦੁਨਿਆਵੀ ਸਕੂਨ ਜਦੋਂ ਸਹੀ ਲੱਭਦੇ ਉਹਨਾਂ ਤੁਹਾਨੂੰ ਨਹੀਂ ਲੱਭਦਾ ਮਤਲਬ ਤੁਸੀਂ ਦੁਨਿਆਵੀ ਖੁਸ਼ੀਆਂ ਮਤਲਬ ਹਰ ਚੀਜ਼ ਦੇ ਪਿੱਛੇ ਦੌੜਦੇ ਹੋ ਤੇ ਸ਼ਾਇਦ ਜ਼ਿੰਦਗੀ ਦਾ ਸੱਚਾ ਥੋੜਾ ਜਲਦੀ ਨੋ ਸਮਝ ਆ ਗਿਆ ਤੇ ਮੇ ਮੇਰਾ ਰੁਝਾਨ ਜਿਹੜਾ ਇਸ ਪਾਸੇ ਨੂੰ ਹੋ ਗਿਆ ਔਰ ਜਿਹੜਾ ਤੁਸੀਂ ਕਿੰਨੇ ਵੀ ਆਪਣੇ ਮਾਪੇਵਾਂ ਨੂੰ ਨਹੀਂ ਸਾਂਭਦੇ ਸ਼ਾਇਦ ਉਹਨਾਂ ਦੇ ਮਾੜੇ ਕਰਮ ਉਹ ਨਹੀਂ ਸਾਂਭਦੇ ਉਹਨਾਂ ਉਹ ਦੁਆਵਾਂ ਉਹਨਾਂ ਦੇ ਹਿੱਸੇ ਨਹੀਂ ਲਿਖੀ ਹੋਈਆਂ ਮੇਰੇ ਹਿੱਸੇ ਲਿਖੀਆਂ ਠੀਕ ਹੈ ਇਸ ਕਰਕੇ ਮੌਕਾ ਮੈਨੂੰ ਮਿਲਿਆ ਮੈਂ ਸਕਾ ਉਹਨਾਂ ਦੀ ਥੈਂਕਫੁਲ ਆ ਵੀ ਸ਼ੁਕਰਤ ਤੁਸੀਂ ਨਹੀਂ ਕੀਤਾ ਤੇ ਮੈਨੂੰ ਮੌਕਾ ਮਿਲਿਆ ਤੁਸੀਂ ਕਹਿੰਦੇ ਸ਼ਾਇਦ ਮੇਰਾ ਵੀ ਫਾਇਦਾ ਹੋਊਗਾ ਇਹਦੇ ਵਿੱਚ ਤੁਹਾਡਾ ਕੀ ਫਾਇਦਾ ਜਿੰਨੀ ਖੁਸ਼ੀ ਮੈਨੂੰ ਮਿਲਦੀ ਹੈ ਜਿੰਨੇ ਦੇਖੋ ਇੱਕ ਅੱਜ ਦੀ ਰੇਟ ਦੇ ਵਿੱਚ ਮੇਰੀ ਉਮਰ ਦੇ ਵਿੱਚ ਸ਼ਾਇਦ ਹੀ ਕੋਈ ਬੰਦਾ ਇਦਾਂ ਦਾ ਹੋਵੇ ਜਿਹੜਾ ਬਿਨਾਂ ਕਿਸੇ ਮੈਡੀਸਨ ਦੇ ਸੌਂਦਾ ਹੋਵੇ। ਬਿਲਕੁਲ। ਰਾਈਟ ਤੇ ਮੈਂ ਉਹ ਇਨਸਾਨਾਂ ਵਿੱਚ ਜਿਹੜੇ ਇੱਥੇ ਖੁਸ਼ ਹੋ ਕੇ ਜਾਂਦੇ ਹਾਂ ਸੋਭਾ ਮੇਰੀ ਅੱਖ ਖੁੱਲਦੀ ਹੈ। ਮੈਨੂੰ ਇੱਕ ਨਸ਼ਾ ਹੁੰਦਾ ਵੀ ਮੈਂ ਹੌਣਾ ਕਦੋਂ। ਰਾਈਟ ਔਰ ਜਾਨ ਸਾਰਾ ਪਖਾਣਾ ਪੀਣਾ ਖਾਇਆ ਪੀਆ ਬੈੱਡ ਤੇ ਗਿਆ 10 ਮਿੰਟ ਬਾਅਦ ਘੋੜੇ ਵਿੱਚ ਕਿੰਨੀ ਦਾ ਜਾਂਦੀ ਹੈ। ਇਸ ਤੋਂ ਵੱਡਾ ਫਾਇਦਾ ਹੋਰ ਨਹੀਂ ਹੋ ਸਕਦਾ। ਮੈਂ ਇੱਥੇ ਬਹੁਤ ਸਾਰੇ ਇਹ ਜਿਹੇ ਮਾਵਾ ਨੇ ਜੋ ਘਰੋਂ ਬਹੁਤ ਚੰਗੀਆਂ ਨੇ। ਜੀ। ਫਾਈਨੈਂਸ਼ ਪੈਸੇ ਪੱਖੋਂ ਵੀ ਜੇ ਗੱਲ ਕਰੀਏ ਤੇ ਪਰਿਵਾਰ ਵੀ ਹਰੇ ਭਰੇ ਨੇ ਫਿਰ ਵੀ ਇੱਥੇ ਆਈਆਂ ਨੇ ਕੁਝ ਸਟੋਰੀਜ਼ ਤੁਸੀਂ ਦੱਸ ਸਕਦੇ ਹੋ ਹਾਂਜੀ ਇੱਕ ਮਾਤਾ ਜੀ ਜਿਹੜੇ ਬਾਹਰ ਹੈਗੇ ਆ ਉਹ ਲੁਧਿਆਣੇ ਦੇ ਨੇੜੇ ਇੱਕ ਕਸਬਾ ਹੈਗਾ ਡੇਲੋਂ ਉੱਥੋਂ ਹੈਗੇ ਆ ਮਤਲਬ ਮਾਤਾ ਜੀ ਨੇ ਚਾਰ ਬੇਟਿਆਂ ਨੂੰ ਅਤੇ ਤਿੰਨ ਬੇਟੀਆਂ ਨੂੰ ਜਨਮ ਦਿੱਤਾ ਹੈ ਨਾ ਉਸ ਟਾਈਮ ਦੇ ਉੱਤੇ ਤਾਂ ਸ਼ਾਇਦ ਸਭ ਸੋਚਦੇ ਹੋਣੇ ਮੇਰੇ ਵਰਗਾ ਕੋਈ ਨਹੀਂ ਹੈ ਮੇਰਾ ਪਰਿਵਾਰ ਇਦਾਂ ਦਾ ਔਰ ਬੜਿਆਸਮਿਦਾਂ ਨਾਲ ਪਰਿਵਾਰ ਨੂੰ ਪਾਲਿਆ ਹੋਇਆ ਹੈਗਾ ਔਰ ਫਾਈਨੈਂਸ਼ਲੀ ਵੀ ਘਾਮਲੀ ਬੜੀ ਸਟਰੋਂਗ ਸੀਗੀ ਮਤਲਬ ਟਰਾਂਸਪੋਰਟ ਦਾ ਬਿਜ਼ਨਸ ਸੀ ਮਠਿਆਈ ਦਾ ਬਿਜ਼ਨਸ ਸੀ ਔਰ ਅੱਜ ਵੀ ਹੈ ਇਦਾਂ ਦੀ ਗੱਲ ਨਹੀਂ ਹੈ ਡੈਲੋ ਸਿਟੀ ਦੇ ਵਿੱਚ ਇੱਕ ਅੱਛੀ ਫੈਮਿਲੀ ਹੈ ਨਾਮੀ ਫੈਮਿਲੀ ਹੈਗੀ ਹੈ ਪਰ ਉਹ ਮਾਤਾ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਸੀਗੀ ਬਲਕਿ 2 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਆ ਉਹਨਾਂ ਨੇ ਮੈਨੂੰ ਇਨਫੋਰਮ ਕੀਤਾ ਵੀ ਮਾਤਾ ਜੀ ਇੱਥੇ ਹੈਗੇ ਆ ਰੋਟੀ ਪਾਣੀ ਦੀ ਕੋਈ ਪ੍ਰੋਬਲਮ ਹੀ ਹੈ ਜੀ ਪਰ ਇਹ ਸਰੀਰਕ ਪੱਖੋਂ ਕਮਜ਼ੋਰ ਆ ਆਪਣਾ ਆਪ ਸੰਭਾਲ ਨਹੀਂ ਸਕਦੇ ਔਰ ਇੱਥੇ ਨਹਾਣ ਧੋਣ ਦਾ ਜਾਂ ਮਤਲਬ ਸਾਰੀਆਂ ਜਿਹੜੀਆਂ ਸਹੂਲਤਾਂ ਸੀ ਉਹ ਉਹਨਾਂ ਨੂੰ ਨਹੀਂ ਦੇ ਸਕਦੇ ਤੇ ਉਹ ਦੇਖੋ ਪਿਛਲੇ 2 ਸਾਲ ਤੋਂ 2.5 ਸਾਲ ਹੋ ਜਾਣੇ ਆ ਸਾਡੇ ਕੋਲੇ ਆ ਔਰ ਜ਼ਮਾਨੇ ਦੀ ਬੇਸ਼ਰਮੀ ਦੇਖ ਲਓ ਇਸ ਹੱਦ ਤੱਕ ਵੀ ਅੱਜ ਤੱਕ ਪਰਿਵਾਰ ਦਾ ਕੋਈ ਮੈਂਬਰ ਮਿਲਣ ਵੀ ਨਹੀਂ ਆ ਜਿੰਮੇਵਾਰੀ ਲੈਣੀ ਤਾਂ ਬਹੁਤ ਦੂਰ ਦੀ ਗੱਲ ਆ ਜਿਨ੍ਹਾਂ ਦੇ ਜਿਸ ਮਾਂ ਦੇ 4-4 ਪੁੱਤ ਨੇ ਅੱਗੇ ਪੋਤੜੇ ਵੀ ਨੇ ਮਤਲਬ ਇਹ ਜ਼ਰੂਰ ਹੈ ਕਿ ਉਹਨਾਂ ਬੇਟਿਆਂ 'ਚ ਇੱਕ ਦੋ ਬੇਟੇ ਨਹੀਂ ਹੈਗੇ ਪਰ ਉਹਨਾਂ ਦੇ ਪਰਿਵਾਰ ਜ਼ਰੂਰ ਹੈਗੇ ਆ ਮਤਲਬ ਨੂਹਾਂ ਹੈਗੀਆਂ ਪੋਤੇ-ਪੋਤੀਆਂ ਹੈਗੀਆਂ ਪਰਿਵਾਰ ਜਿਹੜਾ ਭਰਿਆ-ਪੂਰਿਆ ਪਰ ਉਹਦੇ ਵਿੱਚੋਂ ਵੀ ਨਹੀਂ ਕਦੇ ਕੋਈ ਆਇਆ ਹੈ ਕਾਰੋਬਾਰ ਕਰੋੜਾਂ ਦਾ ਕਰੋੜਾਂ ਦਾ ਕਾਰੋਬਾਰ ਹੈ ਜੀ ਔਰ ਸਾਰਿਆਂ ਤੋਂ ਵੱਡੀ ਗੱਲ ਇਹ ਹੈ ਬਈ ਜਿੱਦਾਂ ਤੁਸੀਂ ਅੱਜ ਇਹ ਚੀਜ਼ ਨੂੰ ਕਵਰ ਕਰ ਰਹੇ ਹੋ ਬਹੁਤ ਸਾਰੇ ਚੈਨਲ ਆ ਜਿਹੜੇ ਉਹ ਇਦਾਂ ਚੀਜ਼ਾਂ ਨੂੰ ਦਿਖਾਉਂਦੇ ਆ ਤੇ ਫੇਰ ਵੀ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕੋਈ ਸ਼ਰਮ ਆਉਂਦੀ ਹੈ ਜਾਂ ਉਹਨਾਂ ਦੇ ਕੰਨ 'ਤੇ ਕੋਈ ਜੂੰ ਚੜਕਦੀ ਹੈ ਕਿੱਦਾਂ ਦੇ ਸਮਾਜ 'ਚ ਅਸੀਂ ਰਹਿ ਰਹੇ ਆ ਮਤਲਬ ਕੋ ਦੀਵਾਲੀ ਕਿਸ ਤਰੀਕੇ ਦੇ ਨਾਲ ਮਨਾ ਰਹੇ ਮੇਰੇ ਖਿਆਲ ਚ ਬਾਕੀ ਜਿਹੜੇ ਆਮ ਲੋਕਾ ਉਹਨਾਂ ਨਾਲੋਂ ਜ਼ਿਆਦਾ ਵਧੀਆ ਮਨਾ ਰਹੇ ਹਾਂ ਅਸੀਂ ਹੈ ਨਾ ਕਿਉਂਕਿ ਮੇ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਇਹਨਾਂ ਦੇ ਚਿਹਰਿਆਂ ਤੇ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਖੁਸ਼ੀ ਲਿਆ ਸਕਾਂ ਇਹਨਾਂ ਦੇ ਮਨ ਦੇ ਬਲਬਲੇ ਆ ਜਿਹੜੇ ਮਤਲਬ ਦੇਖੋ ਸਾਰੀ ਡੈਕੋਰੇਸ਼ਨ ਵੀ ਪੂਰੀ ਕੀਤੀ ਆ ਦੀਵੇ ਰੰਗੋਲੀ ਆਤਿਸ਼ਵਾਜੀ ਬਾਹਰ ਲਾਈਟਸ ਮਤਲਬ ਖਾਣਾ ਪੀਣਾ ਫਰੂਟ ਮਠਾਈ ਹਰ ਪੱਖੋਂ ਸਿਰਫ ਇਹਨਾਂ ਕਰਕੇ ਕਿ ਇਹਨਾਂ ਨੂੰ ਪਰਿਵਾਰ ਦੀ ਕਮੀ ਨਾ ਨੇ ਪਰਿਵਾਰ ਦੀ ਕਮੀ ਇਹਨਾਂ ਨੂੰ ਮਹਿਸੂਸ ਹੋਣਾ ਇਸ ਕਰਕੇ ਵੀ ਨਹੀਂ ਦੇਣੀ ਕਿਉਂਕਿ ਮੇਰੀ ਇੱਕ ਜਮੇ ਬਰੀ ਹੈ ਮੇਰਾ ਪਰਿਵਾਰ ਤੇ ਮੇਰੇ ਪਰਿਵਾਰ ਦੀ ਖੁਸ਼ੀ ਦਾ ਖਿਆਲ ਮੈਂ ਹੀ ਰੱਖੂੰਗੀ ਨਾ ਜੀ ਆ ਜਿਹੜੇ ਦੀਦੀ ਨੇ ਹੈਂਡੀਕੈਪਡ ਨੇ ਇੱਕ ਸਾਸਿਕਾਲਾ ਬਹੁਤ ਮੈਂ ਜਦੋਂ ਦੀ ਆਈਆਂ ਨਾ ਇਹ ਖੁਸ਼ ਨੇ ਇਹਨਾਂ ਦੇ ਚਿਹਰੇ ਦੇ ਉੱਤੇ ਸਮਾਈਲ ਹੈ ਅ ਅਸੀਂ ਚੰਗੇ ਭਲੇ ਆ ਪਰ ਕਦੀ ਨਾ ਕਦੀ ਅਸੀਂ ਵੀ ਕਹਿ ਦਿੰਨੇ ਆ ਕਿ ਯਾਰ ਕੀ ਹੈ ਕੀ ਹੋ ਜਾਂਦਾ ਹੈ ਜਿੰਦਗੀ ਤੋਂ ਨਿਰਾਸ਼ ਹੋ ਜੰਨੇ ਆ ਪਰ ਮੈਡਮ ਜੀ ਦੀ ਵਜ੍ਹਾ ਤੋਂ ਆ ਜੀ ਮੈਡਮ ਜੀ ਬਹੁਤ ਖੁਸ਼ੀਆਂ ਦਿੰਦੇ ਆ ਸਾਨੂੰ ਐਸੇ ਕਰਕੇ ਅਸੀਂ ਖੁਸ਼ ਰਹਿਨੇ ਆ ਮਤਲਬ ਖੁਸ਼ ਰਹਿਣਾ ਚਾਹੀਦਾ ਦੁੱਖਾਂ ਨੂੰ ਮਤ ਭੁੱਲਣਾ ਚਾਹੀਦਾ ਜਿਹੜੇ ਦੁੱਖ ਆ ਉਹਨਾਂ ਕੋ ਵੀ ਜਾਓ ਜਿਹੜੀਆਂ ਖੁਸ਼ੀਆਂ ਮਿਲਦੀਆਂ ਉਹਨਾਂ ਨੂੰ ਇੰਜੋਏ ਕਰਨਾ ਚਾਹੀਦਾ ਕਿੰਨੀ ਦੇਰ ਤੋਂ ਤੁਸੀਂ ਉਰੇ ਮੈਨੂੰ 3 ਸਾਲ ਹੋ ਗਏ ਆ ਘਰ ਪਰਿਵਾਰ ਘਰ ਪਰਿਵਾਰ ਚ ਮੇਰੇ ਦੋ ਸਿਸਟਰ ਆ ਬਰਦਰ ਨੇ ਇੱਕ ਬ੍ਰਦਰ ਆ ਮੇਰਾ ਤੇ ਮਤਲਬ ਉਹ ਆਪਣੀ ਲਾਈਫ ਚ ਸੈੱਟ ਨੇ ਤਾਂ ਜਿਹੜੀਆਂ ਆ ਪੈਣਾ ਹੁੰਦੀਆਂ ਉਹ ਤਾਂ ਬਗਾਨੀਆਂ ਹੁੰਦੀਆਂ ਜੀ ਮੈਂ ਕਿਸੇ ਤੇ ਬੋਝ ਨਹੀਂ ਬਣ ਕੇ ਰਹਿਣਾ ਚਾਹਦੀ ਇਸ ਕਰਕੇ ਮੈਂ ਮੈਡਮ ਵੀ ਕਾਲ ਲਈ ਤੇ ਤੁਸੀਂ ਵਿਆਹ ਨਹੀਂ ਕਰਵਾਇਆ ਹਾਂਜੀ ਵਿਆਹ ਨਹੀਂ ਕਰਵਾਇਆ ਮੈਂ ਮਾਂ ਵਿੱਚ ਕੀ ਰੱਖਿਆ ਜੀ ਇਹ ਇਹ ਜ਼ਰੂਰ ਆ ਵੀ ਇਹਦੇ ਪੈਰ ਨਹੀਂ ਕੰਮ ਕਰਦੇ ਪਰ ਇਹਦੀ ਸੋਚ ਨੂੰ ਪੈਰ ਹੈਗੇ ਆ ਇਹ ਦੀ ਸੋਚ ਬਹੁਤ ਅੱਛੀ ਆ ਪੋਜ਼ਿਟਿਵਿਟੀ ਵਾਲੀ ਆ ਔਰ ਦੇਖੋ ਇਹ ਨਹੀਂ ਚੱਲ ਫਿਰ ਸਕਦੀ ਉਹ ਇੱਕ ਗੱਲ ਵੱਖਰੀ ਆ ਪਰ ਇਥੋਂ ਦੇ ਸਟਾਫ ਨੇ ਬਹੁਤ ਚੰਗੀ ਤਰ੍ਹਾਂ ਹੈਂਡਲ ਕਰ ਦਿਆ ਦੇਖਦੀ ਆ ਜਿੱਥੇ ਕੋਈ ਕਮੀ ਪੇਸ਼ੀ ਆ ਕੇ ਟਿਕ ਰਿਆ ਜਿਹੜੇ ਉਹ ਨਹੀਂ ਡਿਊਟੀ ਨੂੰ ਪੂਰੀ ਕਰ ਰਹੇ ਉਹਨਾਂ ਦੀ ਰਿਪੋਰਟ ਪੂਰੀ ਮੈਨੂੰ ਦਿੰਦੀ ਆ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਈ ਠੀਕ ਆ ਮੈਨੂੰ ਕਹਿੰਦੀ ਆ ਮੈਡੀਸਨ ਨਹੀਂ ਹੈਗੀ ਮਤਲਬ ਹਰ ਗੱਲੋਂ ਚਤਨ ਬੰਦਾ ਇਹ ਔਰ ਸਭ ਤੋਂ ਵੱਡੀ ਗੱਲ ਇਹ ਪੋਜ਼ਿਟਿਵ ਇਨਸਾਨ ਆ ਜੀ ਮੈਡਮ ਜੀ ਬਲਾਲ ਜੀ ਹਿੰਮਤ ਔਰ ਹੌਸਲਾ ਜੀ ਨੀ ਤਾਂ ਇਹ ਕਿ ਹੈਂਡੀਕੈਪ ਬੰਦਾ ਕੀ ਕਰ ਸਕਦਾ ਇਹ ਮੈਨੂੰ ਬਹੁਤ ਮਤਲਬ ਹਿੰਮਤ ਦਿੰਦੇ ਆ ਹੌਸਲਾ ਦਿੰਦੇ ਆ ਜੀ ਖੁਸ਼ੀਆਂ ਵੀ ਦਿੰਦੇ ਆ ਇਹ ਸਾਰਾ ਹੁਣ ਕੱਲ ਪਰਸੋਂ ਦਾ ਸਾਰਾ ਸੈਲੀਬ੍ਰੇਟ ਕਰ ਰਹੇ ਆ ਰਾਤੀ ਵੀ ਅਸੀਂ ਲੜੀਆਂਆਂ ਵਿੱਚ ਲਗਾਈਆਂ ਦੀਵੇ ਜਗਾਏ ਪ੍ਰਾਕੇ ਵੀ ਚਲਾਏ ਬਹੁਤ ਇੰਜੋਏ ਕੀਤਾ ਤਾਂ ਤੇ ਰਸਵੀ ਮਨਾਈ ਫਿਰ ਬਹੁਤ ਵਧੀਆ ਮਨਾਈ ਜੀ ਹਾਂਜੀ ਅਸੀਂ ਕੁਦ ਲక్ష్ਮੀ ਕਿਉਂ ਨਹੀਂ ਮਨਾਵਾਂਗੇ ਹੈਨਾ ਹਾਂਜੀ ਸਾਡੀ ਮਾਨ ਦੀ ਸਾਡੇ ਸਾਰਾ ਕੁਝ ਨੇ ਜੀ ਹਾਂ ਜੀ ਸਾਡੇ ਦੋਸਤ ਵੀ ਨੇ ਭੈਣ ਵੀ ਮਾਮ ਸਾਰਾ ਕੁਝ ਨਹੀਂ ਜਿਹੜਾ ਤੁਹਾਡਾ ਮਤਲਬ ਚੈਨਲ ਉਹਦੇ ਥਰੂ ਕਹਿਣਾ ਚਾਹੂੰਗੀ ਅੱਜ ਦੇ ਇਨਸਾਨ ਜਿਹੜੀ ਰੇਸ ਚ ਆਪਾਂ ਲੱਗੇ ਹੋਏ ਆ ਉਹਦੇ ਚ ਮ ਸਬਰ ਸੰਤੋਖ ਨਹੀਂ ਹੈਗਾ ਦੁਨੀਆ ਨੂੰ ਰਾਈਟ ਮਤਲਬ ਇਹ ਰੰਦਾ ਆ ਚੀਜ਼ ਮਿਲ ਗਈ ਹਾਇਆ ਨਹੀਂ ਮਿਲੀ ਜਾਂ ਕਿਸੇ ਦੇ ਕੰਪੈਰੀਜ਼ਨ ਆ ਨਹੀਂ ਹੋਇਆ ਇਹਨਾਂ ਲੋਕਾਂ ਚ ਜੋ ਤੁਸੀਂ ਮਿਲਦੇ ਤੁਹਾਨੂੰ ਲੱਗਦਾ ਠਹਿਰਾਅ ਕੀ ਹੁੰਦਾ ਸਕੂਨ ਕੀ ਹੁੰਦਾ ਹੈ ਰਾਈਟ ਹਣ ਇਹ ਲੇਡੀ ਆ ਮਨਜੀਤ ਹੈ ਇਹਨਾਂ ਦਾ ਨਾਮ ਹੈ ਨਾ ਫਾਜ਼ਲ ਕਦੇ ਨੇੜੇ ਆ ਪੈਸੇ ਇਹਨਾਂ ਦਾ ਪਿੱਕਾ ਪਿੰਡ ਜਿਹੜਾ ਹੈਗਾ ਉਹ ਮੁਕਸਰ ਸਾਹਿਬ ਦੇ ਨੇੜੇ ਦਾ ਇਹ ਲੇਡੀ ਦੇ ਦੋ ਬੇਟੇ ਸੀਗੇ ਉਹਨਾਂ ਦੀ ਡੈਥ ਹੋ ਗਈ ਫਿਰ ਇਹ ਹਸਬੰਡ ਵਾਈਫ ਦੋਨੋਂ ਰਹਿ ਰਹੇ ਸੀ ਸ਼ੁਰੂ ਤੋਂ ਸਟਾਰਟਿੰਗ ਤੇ ਥੋੜੇ ਸਿੱਧੇ ਐ ਪਰ ਇਹ ਦੇਖੋ ਕਹਿੰਦੇ ਜਿੰਨੀ ਦੇਰ ਤੱਕ ਇਹਨਾਂ ਦੀ ਮਦਰ ਇਨ ਲਾ ਹੋ ਸੀ ਇੱਕ ਚੀਜ਼ ਮੈਂਸ਼ਨ ਜ਼ਰੂਰ ਕਰਨਾ ਚਾਹੀਦਾ ਵੈਸੇ ਆਪਾਂ ਸੱਸਾਂ ਨੂੰ ਮਾੜਾ ਗਣੀ ਜਿੰਨੀ ਦੇਰ ਤੱਕ ਕਹਿੰਦੇ ਇਹਨਾਂ ਦੇ ਮਦਰ ਇਨ ਲਾ ਹੋ ਸੀ ਉਨੀ ਦੇਰ ਤੱਕ ਉਹਨਾਂ ਨੇ ਇਹਨਾਂ ਨੂੰ ਬੜੇ ਪਿਆਰ ਨਾਲ ਰੱਖਿਆ ਉਹਨਾਂ ਦੀ ਡੈਥ ਤੋਂ ਬਾਅਦ ਇਹਨਾਂ ਦੇ ਹਸਬੰਡ ਨੇ ਸੈਕੰਡ ਵਿਆਹ ਕਰ ਲਿਆ ਰਾਈਟ ਇਹਨਾਂ ਦੀ ਕੰਸੈਂਟ ਦੇ ਬਿਨਾ ਕੋਈ ਹੋਰ ਲੇਡੀ ਲੈ ਆ ਕਿਉਂਕਿ ਬੱਚਾ ਹੈ ਨਹੀਂ ਸੀ ਉਹ ਲੜੀ ਨੇ ਇਹਨਾਂ ਨੂੰ ਕੋਟ ਮਾਰ ਕੇ ਜਦੋਂ ਜਿੱਦਾਂ ਵੀ ਇਹਨਾਂ ਨੂੰ ਬਾਹਰ ਕੱਢ ਦਿੱਤਾ ਔਰ ਇਹਨਾਂ ਦੀ ਬਾਹਾਂ ਟੁੱਟ ਗਈ ਉਸ ਦੌਰਾਨ ਦੇ ਠੀਕ ਹੈ ਬਾਹਾਂ ਟੁੱਟ ਕੇ ਇਹ ਆਪਣੇ ਆਪ ਹੀ ਉਲਟੀ ਜੁੜੀ ਹੋਈ ਹੈ ਮਤਲਬ ਕਿਸੇ ਨੇ ਇਲਾਜ ਨਹੀਂ ਕਰਾਇਆ ਇਹਨਾਂ ਦਾ ਠੀਕ ਹੈ ਔਰ ਇਹ ਤਰਦੇ ਵੀ ਸਿੱਧੇ ਨਹੀਂ ਹੈਗੇ ਪਰ ਜਿੰਦਾ ਦਿਲ ਇਹਨਾਂ ਚ ਰੱਜ ਕੇ ਭਰੀ ਹੋਈ ਹੈ ਰੱਜ ਕੇ ਮਤਲਬ ਹਮੇਸ਼ਾ ਵਾਹਿਗੁਰੂ ਦਾ ਸ਼ੁਕਰ ਕਰਨਗੇ ਔਰ ਮਤਲਬ ਕਦੇ ਵੀ ਇਹ ਨਹੀਂ ਵੀ ਹਾਈ ਇਦਾਂ ਨਹੀਂ ਹੈ ਹਾਈ ਉਦਾਂ ਨਹੀਂ ਹੈ ਮਨਜੀਤ ਦੁਆ ਲਈ ਦੀ ਬਧਾਈ ਹੈ ਸਾਰੇ ਨੂੰ ਸਾਰੇ ਨੂੰ ਬਧਾਈਆਂ ਸੱਸ ਜੀ ਦਾ ਭੈਣ ਜੀ ਤਾਂ ਨੂੰ ਠੀਕ ਰੱਖੇ ਤੇ ਪੋਤੇ ਠੀਕ ਰਹਿਣ ਮੇ ਸਭ ਕੁਝ ਠੀਕ ਹੈ ਰਹਾ ਬਈ ਤੇ ਮੇਰੇ ਲਈ ਵੀ ਦੁਆਵਾਂ ਦੇ ਰਹੀ ਹੈ ਤੈਨੂੰ ਵੀ ਰੱਬ ਠੀਕ ਰੱਖੇ ਤੇਰੇ ਪਰ ਤੈਨੂੰ ਵੀ ਠੀਕ ਰੱਖੇ ਇਹ ਜੋਤੀ ਜੀ ਜੋਤੀ ਹਾਂਜੀ ਇਹ ਜੋਤੀ ਆ ਸਤਿ ਸ੍ਰੀ ਅਕਾਲ ਸਤਿ ਉਥੇ ਉਹ ਡਾਕਟਰ ਲੱਗ ਗਿਆ ਦੰਦਾਂ ਵਾਲਾ ਚੋਪੜਾ ਔਰ ਉਹਦੇ ਸਾਹਮਣੇ ਜੀ ਆਂਟੀਆਂ ਆਈਆਂ ਮੂਟੀਆਂ ਆਂਟੀਆਂ ਆ ਜਾਣਦੀ ਔਰ ਦਸਾਰਾ ਘਰ ਤੇ ਉਥੇ ਸੋਹਰੇ ਨੇ ਲੁਧਿਆਣੇ ਦੇ ਵਿੱਚ ਹਾਂਜੀ ਦਰੇਸੀ ਦੇ ਕੋਲ ਹਾਂਜੀ ਕੌਣ ਕੌਣ ਰਹਿੰਦਾ ਸੋਹਰੇ ਪਰ ਉਥੇ ਨਾ ਉਹ ਮੰਮੀ ਵੀ ਚਲੇ ਗਿਆ ਚਲ ਕਾ ਹਸਬੰਡ ਚਲੇ ਗਏ ਤੇ ਨਾ ਤਾਈ ਰੰਡੀ ਆ ਉਹ ਨੂਰ ਅੰਡੀ ਐ ਤੇ ਤਾਇਆ ਰੰਡਾ ਦਾ ਚਾਚਾ ਸੀ ਜਿਹੜਾ ਜੇਤਨਾ ਚਲੀ ਗਈ ਔਰ ਥੋੜੀ ਦੂਜੇ ਜਗ੍ਹਾ ਸੀਗੀ ਤੇ ਉੱਠ ਜਲੇਗੀ ਉਹਨਾਂ ਦਿਨਾਂ ਰਜਿਸਟਰੀ ਵੀ ਨਹੀਂ ਲਿੱਤੀ ਹੋਈ ਪਹਿਲੇ ਪਾਪਾ ਨੇ ਲਿੱਤਾ ਸੀ ਮਕਾਨ ਜਿਹੜਾ ਮम्मी ਦਾ ਵਿਆਹ ਹੋਇਆ ਸੀਗਾ ਤੇ ਟਾਂ ਟਾਂ ਕੇ ਕੌਣ ਕੌਣ ਘਰ ਦੇ ਵਿੱਚ ਮੇਰੇ ਦੋ ਦੋ ਦਿੱਤੀ ਹੋਰ ਹੈਗੇ ਇੱਕ ਭਰਾ ਇੱਕ ਮੇਰਾ ਹਸਬੰਦ ਹੋੜਾ ਜਿਵੇਂ ਇੱਕ ਮੇਰਾ ਮੁੰਡਾ ਇੱਕ ਇੱਕ ਸੋਇਆ ਮੁੰਡਾ ਵੀ ਹੈਗਾ ਮੁੰਡਾ ਵੀ ਹੈ ਡਾਵਾ ਕਿੰਨੇ ਸਾਲ ਦਾ ਮੁੰਡਾ ਹੋ ਗਿਆ ਤੇਰਾ ਖਾਇਲਾ ਹਾਂਡੀ ਤੇਰਾ ਸਾਲ ਦਾ ਹੋ ਗਿਆ ਤੁਸੀਂ ਗਲਤ ਐ 12 ਦਾ ਨਹੀਂ ਐ ਹੁਣ ਉਹ ਤੇਰਾ ਸਾਲ ਦਾ ਹੋ ਗਿਆ ਮਾਂ ਨੂੰ ਦੇਖੋ ਸਭ ਪਤੰਦ ਹੋਰ ਵੱਡਾ ਹੋਣਾ ਨਹੀਂ ਹੋਰ ਵੱਡਾ ਹੋ ਜਾਣਾ ਹਾਂਜੀ ਸਨਾਊਗਾ ਦਨ ਉਹ ਹਾਂਡੀ ਆਡੂਗਾ ਤੁਸੀਂ ਟੋਲ ਵੱਡਾ ਹੋਗਾ ਤਾਂ ਹੋਗਾ ਹੈ ਦੋ ਜ ਵੱਡਾ ਹੋਣਾ ਨਹੀਂ ਆਇਓ ਨਾਲ ਕੈਂਟੇ ਸੀਏ ਹੋਣੇ ਬੁਲਾ ਦੋ ਤੁਹਾਨੂੰ ਆਪਾਂ ਨੂੰ ਪਤਾ ਲੱਗੂਗਾ ਫੇਰ ਹੀ ਆਊਗਾ ਐਟਾ ਬਾਈ ਕੀ ਨਾਮ ਹੈ ਮੁੰਡੇ ਦਾ ਸੁਜੀਵਾਂ ਜੀ ਦਿਵਾਂਸ਼ ਨੂੰ ਹੈਲੋ ਕਰ ਦੋ ਜੀਵਾਂਸ਼ ਹੈਲੋ ਹੈਪੀ ਦੀਵਾਲੀ ਕਿੱਦੜ ਕੀ ਆਇਆ ਯਾਦ ਨਹੀਂ ਆਂਦੀ ਮੈਂ ਪੁੱਛਣਾ ਯਾਦ ਤੇ ਨਹੀਂ ਆਂਦੀ ਮੇਰੀ ਯਾਦ ਕੱਢਾ ਹੋਏ ਮਮੀ ਕਿੱਦਾਂ ਹਾਂ ਹਾਂ ਜੀ ਕੈਂ ਥੋੜਾ ਕੱਢਾ ਸੀ ਮੈਂ ਨਾ ਪਿਆਰ ਕਰਦੀ ਸੀ ਪਹਿਲੇ 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 ਹੁਣ ਸਮਝ ਨਹੀਂ ਸੀਗੀ ਸੋ ਹੌਲੀ ਸਮਝ ਆੜੀ ਵੇ ਰੇ ਫਿਰ ਮੈਂ ਹਾਂ ਜੀ ਸੁਮਿਤ ਹੈਪੀ ਦੀਵਾਲੀ ਸੁਮਿਤ ਕੌਣ ਹੈ ਸੁਮਿਤ ਹਸਬੰਡ ਸੁਮਿਤ ਹਸਬੰਡ ਹਾਂ ਜੀ ਤੇ ਬੇਟਾ ਜੀਵਾਂਸ਼ ਹਾਂਜੀ ਦਿਵਾਂਸ਼ ਦਿਵਾਂਸ਼ ਮੰਮੀ ਮੰਮੀ ਰਮੇਸ਼ ਮੰਮੀ ਰਮੇਸ਼ ਅੱਛਾ ਮੇਰੀ ਗੱਲ ਸੁਣੋ ਜੇ ਇਹ ਕਹਿ ਕੇ ਸੁਮੇਤਾ ਕਰ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਤਾਂ ਪਲੀਜ਼ ਮੈਨੂੰ ਮਿਲਣ ਆਇਓ ਔਰ ਦਿਵਾਂਸ਼ ਨੂੰ ਵੀ ਲੈ ਕੇ ਆਇਓ ਅੱਛਾ ਜੇ ਤੁਸੀਂ ਮੈਨੂੰ ਵੀਡੀਓ ਦੇਖ ਰਹੇ ਹੋ ਤੇ ਜਿਵਾਂਸ਼ ਨੂੰ ਵੀ ਲੈ ਕੇ ਆਇਓ ਤੁਸੀਂ ਵੀ ਆੜਿਓ ਐਡ ਮੈਨੂੰ ਮਿਲ ਜਾ ਦਿਲ ਕਰਦਾ ਮਿਲਣ ਨੂੰ ਕੱਲਾ ਕੱਲਾ ਪੈਣ ਮਹਿਸੂਸ ਹੁੰਦਾ ਵਾ ਕਈ ਵਾਰੀ ਵੈ ਟੀਤਾ ਵੈਸੇ ਖੁਸ਼ ਰਹਿੰਦੇ ਤੁਸੀਂ ਉੱਥੇ ਵੈਸੇ ਮੈਂ ਖੁਸ਼ ਰਹਿੰਦੀ ਆ ਮੈਂ ਇਹਨਾਂ ਨੂੰ ਬੈਨਾਰੇ ਵਿੱਚ ਮਿਕਸ ਘੁੰਮਦੀ ਰਹਿਣੇ ਆ ਕਿੰਨੇ ਦਿਨ ਹੋ ਕੇ ਸਮੇਂ ਤੇ ਮਿਲਣ ਨਹੀਂ ਆਇਆ ਹਾਂਡੀ ਕਿੰਨੇ ਦਿਨ ਹੋ ਕੇ ਸਮੇਂ ਤੇ ਮਿਲਣ ਨਹੀਂ ਆਇਆ 4 ਮਹੀਨੇ ਹੋੜੇ ਪਾਂਡ 5 ਸਾਲ 5 ਸਾਲ ਉਹਦੀ ਮੰਮੀ ਮੜੀ ਹੈ ਨਾ ਉਹ ਉਹਦੇ ਇਦਾਂ ਛੇੜਦਾ ਤੇ ਮੈਂ ਭਾਬੀ ਕੋਲ ਰਹਿਟੇ ਆਂਡੀ ਨਾ ਨਾ ਬਰਦਰ ਕਿ ਐਸਾ ਕੜਾ ਸੀਗਾ ਕੀ ਤੂੰ ਮੈਂ ਤੂੰ ਮੈਂ ਵਾਈਪਰ ਦਿਖਾ ਲਈ ਸੀ ਇਹ ਤਾਂ ਵਾਈਪਰ ਮਨਾ ਕਾੜ ਦੇ ਕਿ ਵਾਈਪਰ ਨਾ ਮਾਰੇ ਬਸ ਤੇ ਉਹਨੇ ਕਹਿੰਦਾ ਉਹਨੇ ਕਹਿਣਾ ਮਾਣ ਦਾ ਨਾ ਤੇ ਕੰਟੈਕਟ ਨਹੀਂ ਕੀਤਾ ਮਤਲਬ ਜਿੱਥੇ ਰਹਿ ਰਹੇ ਸੀਗੇ ਛੜੀ ਜਗ੍ਹਾ ਤੇ ਉਹ ਵੀ ਉਹ ਛੱਡ ਕੇ ਜਾ ਚੁੱਕੇ ਰੈਂਟ ਤੇ ਸੀ ਮੈਂ ਨਾ ਭਾਬੀ ਦੇ ਮਾਟਾ ਸੀ ਛੋਟਾ ਵਾਸਾ ਛੋੜੀ ਹੁਣ ਮੈਂ ਠੀਕ ਹੈ ਇਹ ਉਹਨੇ ਮਾਰੂੰਗੀ ਏਂਟੀ ਆਵੇਂ ਉਸ ਪਰਜਾਈ ਨੂੰ ਨਾ ਪਤਾ ਨਾ ਫੀਲ ਹੁੰਦਾ ਹੋਵੇ ਕਿ ਉਹਨੇ ਇਹਨੂੰ ਕੁੱਟਿਆ ਸੀ ਬਟ ਇਹਨਾਂ ਨੂੰ ਜ਼ਰੂਰ ਫੀਲ ਹੋ ਰਿਹਾ ਕਿ ਇਹਨਾਂ ਨੇ ਉਹਨਾਂ ਨੂੰ ਮਾਰਿਆ ਸੀ ਜਾਣੇ ਅਣਜਾਣੇ ਚ ਕਿ ਗਲਤੀ ਹੋ ਗਈ ਜੀ ਜੀ ਉਸ ਚੀਜ਼ ਦਾ ਰਿਗਰਟ ਹੈ ਦੇਖੋ ਕਾਫੀ ਟਾਈਮ ਪਹਿਲਾਂ ਜਦੋਂ ਇਹ ਐਕਚੁਅਲ ਦੇ ਵਿੱਚ ਨਾ ਇਹ ਜਦੋਂ 3 ਕਿ ਮਹੀਨੇ ਦੇ ਸੀ ਉਦੋਂ ਤੇ ਮਦਰ ਫਾਦਰ ਦਾ ਡਾਈਵੋਰਸ ਹੋ ਗਿਆ ਉਹਨਾਂ ਜੋ ਕਿਸੇ ਨੇ ਵੀ ਨਹੀਂ ਇਹਨੂੰ ਰੱਖਿਆ ਇਹਦੇ ਮਾਮਾ ਮੰਮੀ ਜੀ ਨੇ ਇਹਦੀ ਪਰਵਰਿਸ਼ ਕੀਤੀ ਉਹਨਾਂ ਨੇ ਇਹਦਾ ਵਿਆਹ ਕੀਤਾ ਥੋੜੇ ਮੈਂਟਲੀ ਵੀਕ ਸੀ ਮਤਲਬ ਉੱਥੇ ਇੱਕ ਗਲਤੀ ਹੋਈ ਦੇ ਵਿਆਹ ਤੇ ਉਹਨਾਂ ਇਹ ਮੈਂਟਲੀ ਪ੍ਰੇਪੇਅਰ ਨਹੀਂ ਸੀ ਹੈ ਵਿਆਹ ਕਰ ਦਿੱਤਾ ਗਿਆ ਹੁਣ ਜਿਹੜੀ ਇਨ-ਲॉज ਫੈਮਿਲੀ ਹੁੰਦੀ ਹੈ ਉਹ ਹਮੇਸ਼ਾ ਹੀ ਉਮੀਦ ਰੱਖਦੀ ਹੈ ਕਿ ਜ਼ਿੰਮੇਵਾਰ ਇਨਸਾਨ ਦੀ ਹੈ ਨਾ ਵਿਆਹ ਦੇ ਜਲਦੀ ਬਾਦੀ ਮਤਲਬ ਸਾਲ ਡੇਢ ਸਾਲ ਦੇ ਵਿੱਚ ਇਹਦੇ ਬੇਟਾ ਹੋ ਗਿਆ ਰਾਈਟ ਘਰ ਦੀਆਂ ਜ਼ਿੰਮੇਵਾਰੀਆਂ ਚੱਕ ਨਹੀਂ ਪਉਂਦੀ ਉੱਪਰੋਂ ਬੱਚਾ ਵੀ ਹੋ ਗਿਆ ਉਹ ਸਾਰੇ ਮਾਹੌਲ ਦੇ ਵਿੱਚ ਥੋੜਾ ਅਪਸੈਟ ਹੋ ਗਈ ਮਤਲਬ ਡਿਪਰੈਸ਼ਨ ਦੇ ਵਿੱਚ ਆ ਗਈ ਜਦੋਂ ਡਿਪਰੈਸ਼ਨ ਚ ਹੁੰਦੇ ਆ ਸਾਹਮਣੇ ਵਾਲੇ ਉਮੀਦ ਰੱਖਦਾ ਕੰਮ ਕਰ ਕਰੋ ਪ੍ਰੋਪਰਲੀ ਬੱਚੇ ਨੂੰ ਵੀ ਸੰਭਾਲੋ ਉੱਥੇ ਰੋ ਆਰਗੂਮੈਂਟਸ ਹੁੰਦਾ ਫਿਰ ਜਿਹੜਾ ਇਦਾਂ ਦਾ ਪੇਸ਼ੈਂਟ ਦਾ ਉਹ ਅਗਰੈਸ਼ਨ ਚ ਵਿਆਹ ਜਾਂਦਾ ਥੋੜਾ ਬਹੁਤਾ ਮਤਲਬ ਹੱਥ ਚੱਕਦਾ ਇਹ ਚੱਕਦਾ ਜੋ ਉਹ ਸਾਰੇ ਸਿਲਸਿਲੇ ਦੇ ਵਿੱਚ ਇਹ ਜ਼ਿੰਦਗੀ ਬਰਬਾਦ ਹੋ ਗਈ ਮਤਲਬ 4-5 ਸਾਲ ਤੋਂ ਸਿਲਸਿਲਾ ਚੱਲਦਾ ਰਿਹਾ ਪਰ ਹੁਣ ਪਿਛਲੇ 6-7 ਸਾਲ ਤੋਂ ਇਹਦੇ ਹਸਬੰਦ ਦੇ ਨਾਲ ਕੋਈ ਕੰਟੈਕਟ ਨਹੀਂ ਰੱਖਿਆ ਹੋਇਆ ਉਹ ਛੱਡ ਕੇ ਕੋਈ ਜਗ੍ਹਾ ਚਾਹੀ ਚੁੱਕੇ ਹੋਏ ਹੈ ਔਰ ਇਸ ਟਾਈਮ ਦੇ ਦੌਰਾਨ ਇਹਦੇ ਨਾਲ ਇੱਕ ਬਹੁਤ ਵੱਡਾ ਹਾਦਸਾ ਵੀ ਵਾਪਰ ਚੁੱਕਿਆ ਮਤਲਬ ਜਿਹਦੇ ਬਾਰੇ ਜ਼ਿਕਰ ਕਰਨਾ ਮੈਂ ਮਤਲਬ ਠੀਕ ਨਹੀਂ ਸਮਝਦੀ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਦਿਵਾਲੀ ਦੇ ਮੌਕੇ ਦੇ ਉੱਤੇ ਇੱਕ ਤਾਂ ਜਿੰਨੇ ਵੀ ਦਰਸ਼ਕ ਦੇਖ ਰਹੇ ਹੋ ਉਹਨਾਂ ਨੂੰ ਦਿਵਾਲੀ ਦੀਆਂ ਢੇਰ ਸਾਰੀਆਂ ਮੁਬਾਰਕਾਂ ਪਰਮਾਤਮਾ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਤਰੱਕੀਆਂ ਲੈ ਕੇ ਆਵੇ ਦੂਸਰਾ ਇਹ ਵੀ ਜੋ ਪਰਮਾਤਮਾ ਨੇ ਦਿੱਤਾ ਨਾ ਉਸ ਰੱਜ ਰਚ ਰਾਜੀ ਰਹਿਣਾ ਸਿੱਖੋ ਉਹਦਾ ਸ਼ੁਕਰਾਨਾ ਕਰਨਾ ਸਿੱਖੋ ਇਹਨਾਂ ਨੂੰ ਦੇਖ ਕੇ ਇਹ ਸੋਚੋ ਵੀ ਸਾਡੇ ਤੇ ਤਾਂ ਉਹਨਾਂ ਦੀ ਕਿੰਨੀ ਬਖਸ਼ਿਸ਼ ਹੈ ਰਾਈਟ ਕਦੀ ਐਦਾਂ ਫੀਲ ਹੋਇਆ ਹੋਵੇ ਕਿ ਜ ਮੈਂ ਬਚ ਗਈ ਇਹਨਾਂ ਦੀ ਬਦੌਲਤ ਮੇਰੇ ਨਾਲ ਐਦਾਂ ਹੋਇਆ ਹਾਈ ਭਗਵਾਨ ਜੀ ਤੇਰਾ ਸ਼ੁਕਰ ਹੈ ਇਹਨਾਂ ਦੀ ਬਦੌਲਤ ਦੇਖੋ ਗੱਲ ਹੋਈ ਹੈ ਨਾ ਆਪਾਂ ਹਮੇਸ਼ਾ ਤੋਂ ਇੱਕ ਚੀਜ਼ ਸੁਣਦੇ ਹੁੰਦੇ ਹਾਂ ਵੀ ਪਰਮਾਤਮਾ ਜਦੋਂ ਵੀ ਤੁਹਾਡੀ ਮਦਦ ਕਰਦਾ ਕਿਸੇ ਦੇ ਰਾਹੀਂ ਕਰਦਾ ਕਿਸੇ ਦੇ ਥਰੋ ਕਰਦਾ ਔਰ ਮੇਰੇ ਨਾਲ ਇੱਕ ਵਾਰੀ ਨਹੀਂ ਮੇਰੇ ਇਹ ਜਿਹੜੇ 3-4 ਸਾਲ ਦਾ ਪੀਰੀਅਡ ਹੈ ਇਹਦੇ ਵਿੱਚ ਬਾਰ 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 ਇਹ ਚੀਜ਼ ਹੁੰਦੀ ਹੈ ਵੀ ਉਹ ਮੈਨੂੰ ਇਹ ਦੱਸਦਾ ਮੈਂ ਤੇਰੇ ਨਾਲ ਨਾ ਮੈਂ ਤੇਰੇ ਅੰਗ ਸੰਗ ਆ ਰਾਈਟ ਤੋ ਕਹਰਾ ਨਾ ਮੈਂ ਸਿਰਫ ਤੈਨੂੰ ਨਜ਼ਰ ਨਹੀਂ ਆਉਂਦਾ ਹਾਂ ਮੈਂ ਤੇਰੇ ਨਾਲ ਰਾਈਟ ਇੱਕ ਨਹੀਂ ਕਈ ਹਾਦਸੇ ਹੋਇਆ ਔਰ ਰੀਸੈਂਟਲੀ ਲਾਸਟ ਮੰਥ ਮੇਰੇ ਨਾਲ ਹੋ ਕੇ ਹਟਿਆ ਮਤਲਬ ਮੇਰੇ ਲਾਈਫ ਪਰਨਰ ਇੱਕ ਬਹੁਤ ਵੱਡੀ ਪ੍ਰੋਬਲਮ ਚ ਆ ਗਈ ਸੀ ਮੈਡੀਕਲ ਪ੍ਰੋਬਲਮ ਦੇ ਵਿੱਚ ਹੈਲਥ ਪ੍ਰੋਬਲਮ ਉਹਨਾਂ ਨੂੰ ਆਈ ਔਰ ਜਿਹੜੇ ਡਾਕਟਰ ਨੇ ਉਹਨਾਂ ਨੂੰ ਟਰੀਟ ਕੀਤਾ ਉਹ ਕਹਿੰਦੇ ਮੇਰੇ 40 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਪਹਿਲਾ ਕੇਸ ਹੈ ਰਾਈਟ ਜਿਹੜਾ ਮੈਨੂੰ ਸਮਝ ਨਹੀਂ ਆਇਆ ਵੀ ਪੇਸ਼ੈਂਟ ਠੀਕ ਕਿਵੇਂ ਹੋ ਗਿਆ ਔਰ 3rd ਡੇ ਬਿਲਕੁਲ ਠੀਕ ਬੈੱਡ ਦੇ ਉੱਤੇ ਬੈਠੇ ਹੋਏ ਸੀ ਔਰ ਅੱਜ ਦੇ ਡੇਟ ਦੇ ਵਿੱਚ ਬਹੁਤ ਵਧੀਆ ਚੱਲਦੇ ਫਿਰਦੇ ਆ ਮਤਲਬ 100% ਓਕੇ ਰਾਈਟ ਔਰ ਜਦੋਂ ਠੀਕ ਹੋ ਕੇ ਹਸਪੀਟਲ ਤੋਂ ਘਰ ਆਏ ਤਾਂ ਨੈਕਸਟ ਡੇ ਮਾਰਨਿੰਗ ਸਭ ਤੋਂ ਪਹਿਲਾਂ ਇਸ ਦਰਵਾਜ਼ੇ ਤੇ ਆ ਕੇ ਉਹਨਾਂ ਨੇ ਮੱਥਾ ਟੇਕਿਆ ਇਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਗਏ ਤੁਹਾਡੀਆਂ ਦੁਆਵਾਂ ਦੇ ਨਾਲ ਅੱਜ ਮੈਂ ਠੀਕ ਆ ਰਾਈਟ ਔਰ ਉਹ ਮੈਨੂੰ ਵੀ ਬਾਰ-ਬਾਰ ਕਹਿੰਦੇ ਜਿਹੜੀ ਪਰਮਾਤਮਾ ਨੇ ਮੈਨੂੰ ਇਹ ਜ਼ਿੰਦਗੀ ਬਖਸ਼ੀ ਹੈ ਨਾ ਇਹ ਤੇਰੇ ਕਰਮ ਦਾ ਕਰਕੇ ਬਖਸ਼ਦੀ ਮਤਲਬ ਇਹ ਇੱਕ ਵਾਰੀ ਨਹੀਂ ਮੈਂ ਕਿਸੇ ਵੀ ਪ੍ਰੋਬਲਮ ਚ ਆਵਾਂ ਮੰਨ ਲਓ ਰਸਤੇ ਤੇ ਜਾਂਦੇ ਮੇਰੀ ਗੱਡੀ ਖਰਾਬ ਹੋ ਗਈ ਇੱਕ ਛੋਟੀ ਜਿਹੀ ਗੱਲ ਆਪਾਂ ਕਰਦੇ ਗੱਡੀ ਖਰਾਬ ਹੋ ਗਈ ਰਾਤ ਦਾ ਟਾਈਮ ਹੈ ਤੁਹਾਡੇ ਆਲੇ ਦੁਆਲੇ ਕੋਈ ਨਹੀਂ ਪਰ اچانک ਹੀ ਕੋਈ 2-4 ਪਰਸਨ ਆਉਣਗੇ ਉਹ ਤੁਹਾਡੀ ਹੈਲਪ ਕਰਨਗੇ ਔਰ ਚਲੇ ਜਾਣਗੇ ਠੀਕ ਹੈ ਤਾਂ ਤੁਹਾਨੂੰ ਗੱਲ ਤੇ ਇਹ ਤੁਹਾਡੀ ਅੱਖ ਹੋਣੀ ਚਾਹੀਦੀ ਦੇਖਣ ਵੇਲੇ ਜੀ ਬਹੁਤ ਵਧੀਆ ਲੱਗਿਆ ਦੀਵਾਲੀ ਤਾਂ ਹਰ ਕੋਈ ਮਨਾਉਂਦਾ ਪਰ ਐਦਾਂ ਦੀਵਾਲੀ ਮਨਾਣੀ ਇੱਕ ਵੱਖਰਾ ਸਕੂਨ ਹੈ ਇਸ ਚੀਜ਼ ਦਾ ਵੀ ਬਹੁਤ ਸਾਰੀਆਂ ਇੱਥੇ ਕਹਾਣੀਆਂ ਨੇ ਜੇਕਰ ਅਸੀਂ ਉਹਨਾਂ ਦਾ ਜ਼ਿਕਰ ਕਰਨ ਲੱਪੇ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਤਾਂ ਫਿਰ ਕਦੇ ਦੁਬਾਰਾ ਇਸੇ ਆਸ਼ਰਮ ਦੇ ਵਿੱਚ ਜ਼ਰੂਰ ਆਵਾਂਗੇ ਜ਼ਰੂਰ ਆਵਾਂਗੇ ਮੈਂ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਮੈਂ ਤਾਂ ਜ਼ਰੂਰ ਆਉਂਗੀ ਹੀ ਤੇ ਦੁਬਾਰਾ ਤੁਹਾਨੂੰ ਕੋਈ ਰੱਬ ਨਾ ਕਰੇ ਕਿ ਕੋਈ ਇੱਥੇ ਛੱਡ ਕੇ ਜਾਵੇ ਆਪਣੇ ਮਾਪਿਓ ਨੂੰ ਪਰ ਕਿਸੇ ਦਾ ਕੋਈ ਭਰੋਸਾ ਨਹੀਂ ਦੁਨੀਆ ਪਰ ਉਧੋ ਪਰੇ ਬੈਠੀ ਹੈ ਜਿਸ ਤਰੀਕੇ ਦੇ ਨਾਲ ਇੱਥੇ ਲੋਕ ਨੇ ਹੋਰ ਵੀ ਵੀਡੀਓਜ਼ ਦੇ ਰਾਹੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਉਦੋਂ ਤੱਕ ਤੁਸੀਂ ਬਣੇ ਰਹੋ ਪੰਜਾਬ న్యూਸ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ